ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਸ ਕਰਦੇ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗਿਆ ਆਪਣਾ ਅੱਜ ਦਾ ਵਲੌਗ। ਸੋ ਜੀ ਟਾਈਮ ਜਿਹੜਾ ਹੋ ਚੁੱਕਿਆ 5:30 ਅਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਮੰਡੀ ਅਤੇ ਸਾਹਮਣੇ ਦੇਖੋ ਦੁਰਗਾ ਮੰਦਿਰ ਆਪਣੇ ਮੰਡੀ ਵਾਲਾ ਕਿੰਨਾ ਸਜਾਇਆ ਹੋਇਆ ਅਤੇ ਆਹ ਸਾਰੀ ਲਾਈਨ ਕਿਆ ਬਾਤ, ਐਂ ਲੱਗਦਾ ਜਿਵੇਂ ਸਾਰੇ ਘਰਾਂ ਨੇ ਇੱਕੋ ਲਖਤ ਹੀ ਵਿਆਹ ਰੱਖਦੇ ਹੁੰਦੇ ਹੈਗੇ, ਹੈ ਨਾ। ਉਹ ਗੱਲਬਾਤ ਵੀ ਪਈ ਹੈਗੀ ਕਿੰਨੀਆਂ ਸੋਹਣੀਆਂ, ਇੱਕ ਸਾਈਡ ਪਰਪਲ ਇੱਕ ਪਾਸੇ ਆਫ ਵਾਈਟ ਕਲਰ ਦੀਆਂ ਲੜੀਆਂ ਪਾਈਆਂ ਹੋਈਆਂ, ਬਹੁਤ ਸੋਹਣਾ ਲੱਗ ਰਿਹਾ। ਕੀ ਹੁਣ ਆਪਾਂ ਚੱਲੇ ਹਾਂਗੇ ਜੀ ਸਬਜ਼ੀ ਮੰਡੀ। ਸੋ ਥੋੜ੍ਹੀ ਜਿਹੀ ਸਬਜ਼ੀ ਸੀਗੀ, ਸ਼ਲਗਮ ਸੀਗੇ, ਪਿਆਜ਼ ਸੀਗੇ ਅਤੇ ਮੂਲੀ ਸੀਗੀ। ਸੋ ਡੈਡੀ ਨੇ ਕੱਲ੍ਹ ਪੱਟਤੀ ਸੀਗੀ ਜਦੋਂ ਆਪਾਂ ਗਏ ਹੋਏ ਸੀਗੇ ਬਠਿੰਡੇ ਨੂੰ, ਅਤੇ ਡੈਡੀ ਨੇ ਕਿਹਾ ਵੀ ਇਹਨੂੰ ਵੇਚ ਜਾਈਂ ਟਾਈਮ ਨਾਲ। ਸੋ ਤਾਂ ਕਰਕੇ ਹੁਣ ਚੱਲੇ ਹਾਂਗੇ ਮੈਂ, ਚਲੋ ਨਾਲੇ ਵਾਹਨ ਜਿਹਾ ਸਾਫ਼ ਹੋ ਗਿਆ ਜਿਹੜਾ ਮਾੜਾ ਮੋਟਾ ਕੁਛ ਰਹਿੰਦਾ ਸੀਗਾ ਨਾ ਵਿੱਚੋਂ ਪੱਟਣ ਵਾਲਾ, ਉਹ ਵੀ ਪੱਟਿਆ ਗਿਆ ਅਤੇ ਹੁਣ ਆਪਾਂ ਚੱਲਦੇ ਹਾਂ ਸਬਜ਼ੀ ਮੰਡੀ। ਸੋ ਵੇਚ ਕੇ ਆਉਂਦੇ ਹੈਗੇ, ਮੰਡੀ 'ਚ ਧੋਂਦੇ ਨਹੀਂ ਸੀ, ਇੱਥੇ ਧੋਂਦੇ ਵੇਖੋ ਕਿੰਨੀ ਹੈਗੀ। ਅਤੇ ਅੱਜ ਨਾ ਸਬਜ਼ੀ ਮੰਡੀ ਆਇਆ ਕਾਫੀ ਦਿਨਾਂ ਬਾਅਦ, ਮਹੀਨੇ ਡੇਢ ਮਹੀਨੇ ਬਾਅਦ, ਅਤੇ ਵਧੀਆ ਜਿਹਾ ਲੱਗ ਰਿਹਾ, ਵਧੀਆ ਜਿਹਾ ਆਪੇ ਲੱਗਣਾ। ਜੇ ਇਸ ਵੇਲੇ ਸਬਜ਼ੀ ਮੰਡੀ ਆਵਾਂਗੇ ਤਾਂ ਸੌਦਾ ਲੈ ਕੇ ਆਵਾਂਗੇ, ਜੇ ਸੌਦਾ ਲੈ ਕੇ ਆਵਾਂਗੇ ਤਾਂ ਕੁਛ ਦੋ ਪੈਸੇ ਬਣਨਗੇ। ਸੋ ਇਹ ਗੱਲਬਾਤ ਆ, ਬਹੁਤ ਘੱਟ ਹੋਇਆ ਪਿਆ ਯਾਰ ਸਬਜ਼ੀ ਮੰਡੀ ਤਾਂ, ਪੂਰੀ ਬੱਲੇ ਬੱਲੇ ਹੋਈ ਪਈ ਆ। 3:35 ਜੀ, ਉਹ ਕਿਹੜਾ ਕਰਦਾ ਚੌਥੀ? ਚੌਥੀ ਕਿਹੜਾ ਬੋਲਦਾ? ਹਾਂਜੀ ਕਾਂ ਸਿੰਘ, ਹਾਂਜੀ ਕੇਵਲ ਜੀ, 3:35 ਜੀ, 3:35 ਜੀ, ਆ ਕ੍ਰਿਸ਼ਨ, ਓ ਕ੍ਰਿਸ਼ਨ, 3:35 ਚੌਥਾ ਹੀ 72 ਰੁਪਏ ਕਿਲੋ। ਹੁਣ ਲੈਂਦੇ ਨੀ ਜਦੋਂ ਵੇਖ ਕੇ ਉਦੋਂ ਕਹਿਣਗੇ ਲਿਆਓ 72 ਰੁਪਏ। ਫੇਰ ਹੀ ਕਿਤੇ ਜਾ ਕੇ ਦੋ ਪੈਸੇ ਬਣਦੇ ਸਬਜ਼ੀ ਵਾਲਿਆਂ ਨੂੰ, ਐਵੇਂ ਲੋਕ ਗਾਲਾਂ ਕੱਢਦੇ ਰਹਿੰਦੇ, ਇੰਨੀ ਮਹਿੰਗੀ ਨੀ, ਇੰਨੀ ਮਹਿੰਗੀ ਨੀ, ਆਏ ਨੀ ਫਲਾਨਾ ਨੀ। ਮੇਥੇ ਲਾ ਲਓ, ਮੇਥੇ 20 ਰੁਪਏ ਗੁੱਟੀ ਦਾ ਇੱਥੇ ਆ ਬੋਲੀ ਤੇ, ਹਨਾ, ਤੇ ਉੱਥੇ ਜਾ ਕੇ 2 ਰੁਪਏ ਹੋਰ ਲਾ ਲਓ 22, ਤੇ 22 ਕਰਦੇ ਕਰਾਉਂਦਿਆਂ ਨੂੰ ਤੇ ਮਤਲਬ ਘੱਟੋ ਘੱਟ ਅਗਲਾ 30-35 ਰੁਪਏ ਗੁੱਟੀ ਵਿੱਚ ਫੇਰ ਹੀ ਕੋਈ ਬਚੂਗਾ। ਮਹਿੰਗਾਈ ਬਹੁਤ ਹੋ ਗਈ ਬਾਈ, ਬਹੁਤ ਮਹਿੰਗੀ ਹੋਈ ਪਈ ਆ ਸਬਜ਼ੀ। ਹੁਣ ਠੰਡ ਹੀ ਇੰਨੀ ਹੈਗੀ, ਸਬਜ਼ੀ ਵੱਧਦੀ ਨਹੀਂ ਗੀ, ਮਹਿੰਗੀ ਤਾਂ ਹੋਣੀ ਹੋਣੀ ਹੈਗੀ। ਪਰ ਚਲੋ ਕੋਈ ਗੱਲ ਨਹੀਂ, ਰੱਬ ਸੁੱਖ ਰੱਖੇ, ਆਪਾਂ ਚੱਲਦੇ ਹਾਂ ਘਰੇ। ਹੁਣ ਘਰੇ ਚੱਲ ਕੇ ਚਾਹ ਪਾਣੀ ਪੀਂਦੇ ਹਾਂ, ਗੋਹਾ ਪਾਣੀ ਸਟਾ ਕੇ ਅਤੇ ਸੌਂਦੇ ਹਾਂ, ਫਿਰ ਉੱਠਾਂਗੇ ਅਤੇ ਕਰਾਂਗੇ ਬਲੌਗ ਨੂੰ ਕੰਟੀਨਿਊ। ਤਾਂ ਬੱਬੂ ਨੇ ਕਮਾਲ ਹੀ ਕਰਤੀ, ਸਾਰਿਆਂ ਨੂੰ ਪਹਿਲਾਂ ਹੀ ਉੱਠ ਕੇ ਚਾਹ ਦਾ ਕੌਲਾ ਵੇਖੋ ਪੀ ਜਾਂਦੀ ਹੈਗੀ, ਅਤੇ ਕੌਲਾ ਵੀ ਐਡਾ ਵੱਡਾ ਕਿ ਮੂੰਹ ਦਾ ਵਿੱਚੋਂ ਕੁਛ ਵੀ ਨਹੀਂ ਦਿਸ ਰਿਹਾ, ਆਸਾ ਪਾਸਾ ਵੇਖੋ, ਨਾ ਇੱਧਰੋਂ ਕੋਈ ਦਿਸ ਰਿਹਾ ਨਾ ਉੱਧਰੋਂ, ਐਡਾ ਕੌਲਾ ਪੀਂਦੀ ਹੈ ਇਹ। ਅਤੇ ਇੱਧਰ ਦੇਖ ਲਓ ਅੰਨ ਦੇ ਵੈਰੀ, ਇਹ ਅੰਨ ਦੇ ਵੈਰੀ, ਉਹ ਅੰਨ ਦੇ ਵੈਰੀ, ਇਹ ਅੰਨ ਦੇ ਵੈਰੀ ਨੋਟ ਦੇ, ਉੱਠੋ ਫਿਰ, ਮੈਂ ਤਾਂ ਨਹਾ ਧੋ ਕੇ ਤਿਆਰ ਸ਼ਿਆਰ ਵੀ ਹੋ ਗਿਆ ਜਾਣ ਵਾਸਤੇ, ਤੁਸੀਂ ਅਜੇ ਤਾਂ ਉੱਠਣਾ ਹੀ ਨਹੀਂ, ਉੱਠ ਹੋ ਪਸ਼ੂਆਂ ਨੂੰ ਉਠਾਉਣੇ ਪੈਂਦੇ ਆ ਪਸ਼ੂਆਂ ਨੂੰ, ਚੱਲ ਉੱਠ, ਇਹ ਨਹੀਂ ਉੱਠਦੇ, ਕੁੱਟ ਕੇ ਠਾਉਣੀ ਪਊ, ਚਾਹ ਠਰ ਗਈ ਤੇਰੀ, ਪਾਣੀ ਬਣ ਗਈ, ਪੀ ਲਾ। ਇਹ ਨਜ਼ਾਰੇ ਸਿਰਫ ਤੁਹਾਨੂੰ ਪਤਾ ਪੇਕੇ ਹੁੰਦੇ ਆ, ਇਹ ਸਹੁਰੀ ਜਾ ਕੇ ਆਹ ਨਜ਼ਾਰੇ ਨਹੀਂ ਮਿਲਦੇ 8 ਵਜੇ ਤੇ ਖੁੱਜਾਂ ਮਾਰ ਮਾਰ ਠਾਉਣ ਵਾਲੇ, ਓਏ ਉੱਠ ਖੜ, ਕਈਆਂ ਨੂੰ ਤਾਂ ਸਹੁਰੀ ਜਾ ਕੇ ਮਿਲ ਜਾਂਦੇ ਆ, ਉੱਠ, ਉੱਠਣ ਦਾ ਨਾਂ ਲੈਂਦੀ ਹੈ ਕਿਤੇ ਮਟਰ ਜੀ, ਮਟਰ ਮਟਰ ਦੱਸਿਓ, ਮਟਰ ਦਾ ਮਤਲਬ ਕੀ ਹੁੰਦਾ ਜੇਕਰ ਕਿਸੇ ਨੂੰ ਪਤਾ ਹੋਵੇ। ਲੈ ਓਏ ਬਾਲੇ ਵੱਡੇ ਵੱਡੇ ਕੌਲੇ ਆ, ਫੜ ਫੜ ਫੜ, ਗੁੱਤ ਦਾ ਵੇਖੋ ਚੰਦ ਭਾਂ ਦਾ ਟੇਸਣ ਬਣਿਆ ਪਿਆ, ਕਿੱਧਰ ਨੂੰ ਜਾਂਦੀ ਆ, ਪੀ ਕੇ ਬੱਠਲ ਬੱਠਲ ਚਾਹ, ਹੁਣ ਕਰਾਂਗੇ ਗੱਲਾਂ ਦਾ ਕੜਾਹ।
ਪੀ ਕੇ ਬੱਠਲ ਬੱਠਲ ਚਾਹ ਕਰਾਂਗੇ ਗੱਲਾਂ ਦਾ ਕੜਾ। ਆ ਜੀ ਰਵਿੰਦਰ ਜੀ ਨਾ ਜੀ ਮੈਂ ਤਾਂ ਇੱਥੇ ਪਊਂਗਾ ਨਿੱਘੀ ਹੈ ਮੇਰੀ ਚਾਹ ਕਿੱਥੇ ਆ ਓ ਮਾਈ ਗੋਡ ਮੈਨੂੰ ਪੂਰੀ ਫੜਾ ਦੇ ਪਰ ਆਪਣੇ ਕੋਲ ਥਰਮਲ ਆਇਆ ਚਾਹ ਦਾ ਇਹ ਚੱਲ ਚੱਲ ਸੌਂ ਜਾ ਹਜੇ ਉੱਠੀ ਨਾ ਹੀ ਤਾਂ ਟਾਈਮ ਹੀ ਥੋੜ੍ਹਾ ਹੋਇਆ 8 ਤਾਂ ਵੱਜੇ ਮਸਾਂ ਤੂੰ ਨਾ ਜਮਾ ਨਹੀਂ ਸੋਚਦੀ ਕੰਮ ਕਾਰ ਬਾਰੇ ਉਹ ਵੇਖ ਲਾ ਕੁੜੀ ਨੂੰ ਜਿੱਦਣ ਦਾ ਕਹਿਣਾ ਕੰਮ ਘੱਟ ਕਰਦੀ ਹੈ ਕਮੈਂਟ ਕਰਕੇ ਤੜਕੇ ਚੱਕ ਉੱਠਣ ਸਾਰੀ ਬੌਂਕਰ ਚੱਕ ਚੱਕ ਕੇ ਪੱਥਰ ਘਸਾਉਣ ਲੱਗ ਜਾਂਦੀ ਹੈਗੀ ਤੂੰ ਵੀ ਸਿੱਖ ਲਾ ਕੁਛ ਉਹਦੇ ਤੋਂ ਤੂੰ ਵੀ ਕਰ ਲਿਆ ਕਰ ਕੋਈ ਡੋ ਡੱਕਾ ਤੋੜ ਲਿਆ ਕਰ ਹੁਣ ਉਹ ਨਾ ਹੋਵੇ ਕਿਤੇ ਇੱਥੋਂ ਡੱਕਾ ਚੱਕ ਕੇ ਲਿਆ ਕੇ ਤੋੜ ਕੇ ਦਿਖਾ ਦੇ ਮੈਨੂੰ ਵੀ ਆਹ ਲੈ ਡੱਕਾ ਤੋੜਤਾ ਉਹ ਤਾਂ ਭੱਜ ਹੀ ਗਈ ਹੁਣ ਹੈਂ ਇਹਦੇ ਫਿਰ ਗੱਲ ਪੱਟੀ ਲਵਾਈ ਆ ਵੀ ਭੌਰੀ ਕਢਾਉਣ ਵਾਸਤੇ ਚੱਲ ਕੋਈ ਨਹੀਂ ਹੌਲੀ ਹੌਲੀ ਕਰ ਲਈ ਅਤੇ ਗੋਹਾ ਗਾਹ ਸੁਟਾ ਦੀ ਜਾਂਗਾ ਡੈਡੀ ਨਾਲ ਆਪਾਂ ਰੈਡੀ ਸ਼ੈਡੀ ਹੋ ਚੁੱਕੇ ਹਾਂ ਅਤੇ ਇੱਧਰ ਹਜੇ ਲੰਗਰ ਭੁਲੇਟੇ ਜਾ ਰਹੇ ਆ ਮੰਮੀ ਵੇਖ ਲਾ ਮੈਂ ਵੀ ਤੁਹਾਡੇ ਨਾਲ ਦੇ ਉੱਠਾ ਸਾਰਾ ਕੰਮ ਤੁਹਾਡੇ ਨਾਲ ਕਰਾਇਆ ਤੁਸੀਂ ਫਿਰ ਵੀ ਲੇਟ ਹੋ ਗਈ ਐਡੀ ਜਿਹੀ ਫਰ ਗਿਆ ਗਰਗਾ ਪਾਣੀ ਆ ਪਰੌਂਠਾ ਤੂੰ ਰੋਟੀ ਖਾ ਲਈ ਹੁਣ ਤੂੰ ਰੈਡੀ ਆ ਕਿ ਨਹੀਂ ਹਜੇ ਲੋ ਵੀ ਹੁਣ ਆਪਾਂ ਨਿਕਲ ਲੱਗੇ ਘਰੇ ਰਹਿਣਗੇ ਤੁਸੀਂ ਜਾਣਾ ਕਿ ਘਰੇ ਆ ਕਿੰਨਾ ਮੈਂ ਕਰ ਗਿਆ ਨਾ ਲੋ ਵੀ ਇਹਨਾਂ ਨੇ ਵੀ ਜਾਣਾ ਗਾ ਮੈਂ ਛੋਟੀ ਮੰਮੀ ਵੱਡੀ ਮੰਮੀ ਵੀ ਚੱਲਿਆ ਇਹਨਾਂ ਤੋਂ ਤੁਸੀਂ ਕਿੰਨੇ ਕੁ ਵਜੇ ਜਾਣਾ ਕਿੰਨੇ ਵਜੇ ਪੋਚਾ ਪਾਚਾ ਲਾਓ ਦੋ ਦਿਨ ਹੋ ਗਏ ਲੋ ਵੀ ਇਹ ਹੈਗੇ ਘਰੇ ਅਤੇ ਆਪਾਂ ਜਾ ਰਹੇ ਹਾਂਗੇ ਸੋ ਗੱਡੀ ਨੂੰ ਸੜਕ ਸੁੜਕ ਮਾਰਿਆ ਅੱਗੇ ਜਾ ਕਿੱਥੇ ਰਹੇ ਉਹ ਵੀ ਤੁਹਾਨੂੰ ਦੱਸ ਦਿਆਂਗੇ ਹਜੇ ਸਾਡੇ ਨਾਲ ਦੇ ਦੋ ਬੰਦੇ ਆਏ ਵੀ ਨਹੀਂ ਗੇ ਉਹ ਵੀ ਤਾਂ ਰਾਹ 'ਚ ਚੱਕਣਾ ਚਲੋ ਭਾਬੀ ਆਉਂਦੀ ਹੋਊਗੀ ਓਹੋ ਗੇਅਰ 'ਚ ਖੜੀ ਹੈ ਕਮਲ ਗੇ ਘਰੋਂ ਪਿਆ ਨਿਕਲਣਾ 10 ਕੁ ਮਿੰਟ ਪਹਿਲਾਂ ਜਮਾਂ ਹੀ ਧੁੰਦ ਹੈਣੀ ਸੀਗੀ ਅਈਕੇ ਦਾ ਵੀ ਹੁਣ ਹਵਾ ਚੱਲਣ ਕਰਕੇ ਨਾ ਅਤੇ ਧੁੰਦ ਪਈ ਆ ਡਿੱਗ ਵੈਸੇ ਚਲੋ ਠੀਕ ਹੈਗਾ ਧੁੰਦ ਦਾ ਵੀ ਪ੍ਰੋਗਰਾਮ ਆ ਧੁੰਦੀ 'ਚ ਜਾਣ ਨੂੰ ਜੀ ਕਰਦਾ ਧੁੱਪ 'ਚ ਨਿਕਲਿਆ ਬਿਨਾਂ ਫਿਰ ਕਿਤੇ ਜਾਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਬੋਬੀ ਨੂੰ ਮੈਂ ਫੋਨ ਕਰਿਆ ਮੈਂ ਕਿਹਾ ਸਾਡੇ ਤਾਂ ਧੁੰਦ ਹੀ ਵਾਲੀ ਅਤੇ ਬੋਬੀ ਕਹਿੰਦਾ ਧੁੰਦ ਹੈ ਹੀ ਨਹੀਂ ਹੁਣ ਪਤਾ ਲੱਗਦਾ ਨਾ ਗਾਂਹ ਜਾ ਕੇ ਸ਼ਹਿਰ 'ਚ ਅਤੇ ਪਿੰਡ 'ਚ ਧੁੰਦ ਨਹੀਂ ਹੁੰਦੀ ਬੋਬੀ ਸੜਕਾਂ 'ਤੇ ਧੁੰਦ ਹੁੰਦੀ ਜਾਂ ਖੇਤਾਂ 'ਤੇ ਹੁੰਦੀ ਆ ਅੱਜ ਨਹੀਂ ਸਾਰਾ ਦਿਨ ਵੀ ਸੂਰਜ ਕਹਿੰਦੇ ਦਿਖਾਈ ਦਿੰਦਾ ਕੱਲ੍ਹ ਝਾਤ ਮਾਰਤਾ ਗਿਆ ਵਿਚਾਰਾ ਹੋਰ ਹੁਣ ਕਹਿੰਦਾ ਨਿੱਤ ਸੋਡਿਆ ਅਤੇ ਦਰਸ਼ਨ ਦੇਵਾਂ ਹੋਰ ਕਿਸੇ ਦੇਸ਼ ਵੀ ਮੈਂ ਨਿਕਲਣਾ ਹੁੰਦਾ ਐਡਾ ਵੀ ਵਿਹਲਾ ਨਹੀਂ ਮੈਂ ਹਾਂ ਉੱਥੇ ਨਾ ਆਪਣਾ ਇੱਕ ਬੰਦਾ ਹੈਗਾ ਜਿਵੇਂ ਪੀਲੀਏ ਦੇ ਧਾਗਾ ਹੁੰਦਾ ਗਾ ਦਵਾਈ ਧਾਗਾ ਦਿੰਦਾ ਗਾ ਕਰਕੇ ਕੋਈ ਛੂ ਛਾਪ ਜਾਂ ਕੁਛ ਵੀ ਆਪਾਂ ਨੂੰ ਪਤਾ ਨਹੀਂ ਇਹਨਾਂ ਦਾ ਉਹ ਜਾ ਕੇ ਪਤਾ ਲੱਗੂਗਾ ਸੋ ਉਹਦੇ ਕਰਕੇ ਚੱਲਿਆ ਕਿ ਉਹ ਧਾਗਾ ਇਹਨਾਂ ਨੂੰ ਦਵਾ ਕੇ ਲਿਆਉਣਾ ਭਾਬੀ ਤੈਨੂੰ ਵੀ ਚਾਹੀਦਾ ਅੱਛਾ ਭਾਬੀ ਨੂੰ ਵੀ ਸਰਵਾਈਕਲ ਆ ਜਿਹੜੀ ਬਜਾਲੇ ਬੈਠੀ ਆ ਅਤੇ ਛੋਟੀ ਮਾਤਾ ਦੇ ਵੀ ਆ ਧੌਣ ਧੂਣ 'ਚ ਸੁੱਜੀ ਪਈ ਉਹਦੇ ਕਰਕੇ ਮੈਂ ਚਲੋ ਜਿੱਥੇ ਇੰਨੀਆਂ ਦਵਾਈਆਂ 'ਤੇ ਲਾਈ ਜਾਂਦੇ ਹਾਂ ਅਤੇ ਉਹਨੇ 500 ਦਾ ਤੇਲ ਹੀ ਸਹੀ ਇਹ ਵੀ ਦੇ ਕੇ ਆਉਣਾ ਝੱਟ 'ਚ ਫਾਇਦਾ ਹੋ ਗਿਆ ਤੁਹਾਨੂੰ ਵੀ ਦੱਸ ਦਿਆਂ ਜੇ ਕਿਸੇ ਨੂੰ ਪ੍ਰੋਬਲਮ ਹੋਈ ਤਾਂ ਲੈ ਆਇਓ ਵੈਸੇ ਮੈਨੂੰ ਕਮੈਂਟ ਆਇਆ ਸੀ ਆਂਟੀ ਇੱਕ ਰਾਏਕੋਟ ਆ ਕੋਈ ਬੰਦਾ ਉੱਥੇ ਵੀ ਦਿੰਦੇ ਆ ਧਾਗਾ ਸਰਵਾਈਕਲ ਦਾ ਅਤੇ ਉਹਦੇ ਨਾਲ ਹੁੰਦਾ ਨਹੀਂ ਉਹ ਤੋਂ ਬਾਅਦ ਕਹਿੰਦੇ ਮੈਂ ਚਲੋ ਵੇਖ ਲੈਂਦੇ ਹਾਂ ਫਿਰ ਹਾਂ ਮੈਂ ਪੁੱਛੂੰਗਾ ਉਹਨਾਂ ਨੂੰ ਕਮੈਂਟ ਕਰਕੇ ਹਾਂ ਉਹਨਾਂ ਨੂੰ ਫੋਨ ਕਰਕੇ ਪੁੱਛੀ ਵੀ ਰਾਏਕੋਟ ਹੈਗਾ ਕੋਈ ਬੰਦਾ ਕੋਈ ਆਪਣੇ ਵੀਡੀਓ ਦੇਖਦਾ ਹੁੰਦਾ ਉਹਨਾਂ ਨੇ ਕਮੈਂਟ ਕਰਿਆ ਸੀਗਾ ਅਤੇ ਲਓ ਵੀ ਹੁਣ ਪਹੁੰਚ ਦਿਆਂਗੇ ਦੱਬਲੀ ਅਸੀਂ ਤਾਂ ਨਹਿਰਾਂ 'ਤੇ ਪਹੁੰਚ ਗਏ ਸੀਗੇ ਫੋਨ ਕੱਢੇ ਵੀਡੀਓ ਬਣਾਵਾਂਗੇ ਪਰ ਥਰਮਲ ਤਾਂ ਗਾਇਬ ਹੀ ਹੋ ਗਏ ਗਾਇਬ ਪਰ ਧੁੰਦ 'ਚ ਹੋ ਗਏ ਹੋਰ ਹੁਣ ਪਤਾ ਲੱਗਦਾ ਨਾ ਧੁੰਦ ਕਿੰਨੀ ਗਈ ਊਂ ਨਹੀਂ ਪਤਾ ਲੱਗਦਾ ਧੁੰਦ ਦਾ
ਬਿਨਾ ਥਰਮਲ ਤੋਂ ਖਾਲੀ ਜਾ ਲੱਗਿਆ ਹਾਂ ਜੇ ਥਰਮਲ ਢਹਿ ਗਏ ਸਮਝ ਲਓ ਬਠਿੰਡਾ ਐਂ ਲੱਗਿਆ ਕਰੂਗਾ ਆਹ ਜਗ੍ਹਾ ਤੋਂ ਜੇ ਥਰਮਲ ਰਹਿ ਗਏ ਤਾਂ ਫਿਰ ਧੁੰਦ ਗਈ ਤੋਂ ਬਾਅਦ 'ਚ ਦੇਖ ਲਿਓ ਵੀ ਕਿਹੋ ਜਿਹਾ ਲੱਗੂਗਾ ਹੁਣ ਦੇ ਸਾਨੂੰ ਲੱਗਿਆ ਮਾੜੇ ਮਾੜੇ ਨਹੀਂ ਨਹੀਂ ਊਂ ਵੀ ਧੁੰਦਾ ਢਹੇਗੀ ਅੱਜ ਹੁਣ ਮਾੜੇ ਮਾੜੇ ਕਿਤੇ ਜਾ ਕੇ ਦਰਸ਼ਨ ਦੇਣ ਲੱਗੇ ਆ ਆਪਾਂ ਨਾ ਅੱਜ ਉੱਧਰ ਦੀ ਨਹੀਂ ਆਉਂਦੇ ਜਿਹੜਾ ਡੱਬ ਵਾਲੀ ਰੋਡ ਆ ਬਠਿੰਡਾ ਆਪਾਂ ਚੱਲਾਂ ਨਰੂਆਣੇ ਵੇਚਦੀ ਬਾਦਲ ਲੰਮੀ ਵੇਚਦੀ ਨਾਲੇ ਲਓ ਬਈ ਆਪਾਂ ਪਹੁੰਚ ਗਏ ਨਰੂਆਣੇ ਹੁਣ ਤੁਸੀਂ ਸੋਚ ਦੋਗੇ ਏਡਾ ਜਾਮ ਕਿਉਂ ਲੱਗਿਆ ਜਾਮ ਨਹੀਂ ਇਹ ਜਿਹੜੇ ਗੱਡੀਆਂ ਪਾਸ ਹੁੰਦੀਆਂ ਨਾ ਜਿਹੜੀ ਪਾਸਿੰਗ ਹੁੰਦੀ ਆ ਆਪਾਂ ਕਹਿ ਦਿੰਦੇ ਹਾਂ ਵੀ ਆਪਣੀ ਪਾਸਿੰਗ ਲੰਘ ਗਈ 5 ਸਾਲਾਂ ਵਾਸਤੇ ਰੀਨਿਊ ਕਰਾਉਣੀ ਹੈ ਉਹ ਵਾਲੀਆਂ ਲੈਣਾ ਆਈਆਂ ਹੁਣ ਇੱਥੇ ਇੰਸਪੈਕਟਰ ਹੁੰਦਾ ਗਾ ਉਹ ਆ ਕੇ ਸਾਰੀਆਂ ਗੱਡੀਆਂ ਕੋਲ ਚੈੱਕ ਕਰਦਾ ਲਾਈਟਾਂ ਲੂਟਾਂ ਚੱਲਦੀਆਂ ਪਾਣੀ ਚੱਲਦਾ ਲਾਈਟਾਂ ਸ਼ੀਸ਼ੇ ਸ਼ੂਸ਼ੇ ਸਹੀ ਆ ਸਾਰਾ ਕੁਛ ਇੰਜਣ ਸਹੀ ਆ ਫਿਰ 84 ਨੰਬਰ ਟਰੇਸ ਕਰਦੇ ਆ ਦੇਖੋ ਕਰੀ ਜਾਂਦੇ ਆ ਫਿਰ 84 ਨੰਬਰ ਟਰੇਸ ਕਰਨ ਤੋਂ ਬਾਅਦ ਫਿਰ ਇਹ ਆਪਣੀ ਪਾਸਿੰਗ ਵਾਸਤੇ ਡਨ ਕਰਦੇ ਆ ਆਹ ਵੀ ਸਾਰਾ ਭਰਿਆ ਹੁੰਦਾ ਇਹ ਤਾਂ ਖਾਲੀ ਕਰਤਾ ਹੋਣਾ ਹੁਣ ਤਾਂ ਕਰਕੇ ਉਹ ਸੜਕਾਂ 'ਤੇ ਲੈਣਾ ਲੱਗੀਆਂ ਹੈਗਾ ਨੰਬਰ ਵਾਈਜ਼ ਆਪਦੇ ਉਹਦੇ ਪੇਪਰ ਫੜਾ ਜਾਂਦੇ ਉਵੇਂ ਬੰਦਾ ਗਾਂਹ ਗਾਂਹ ਤੁਰਿਆ ਜਾਂਦਾ ਕਰਦਾ ਪਾਸ ਤਾਂ ਕਰਕੇ ਹੀ ਨਿਰਾਸ਼ ਆ ਉਹ ਆਪਾਂ ਪਹੁੰਚ ਗਏ ਬਾਦਲ ਲੰਮੀ ਸੋ ਆਪਾਂ ਇਸ ਟਾਈਮ ਖੜੇ ਹਾਂਗੇ ਜੀ ਬਾਦਲ ਇਹ ਹੈਗਾ ਬਾਦਲ ਦਾ ਪਿੰਡ ਸੁਖਬੀਰ ਦਾ ਖਜੂਰਾਂ ਵੀ ਤੁਹਾਨੂੰ ਇੱਥੇ ਲੱਗੀਆਂ ਦਿਸਣਗੀਆਂ ਤਕਰੀਬਨ ਅਤੇ ਬਾਕੀ ਜਿਹੜੇ ਛੋਟੇ ਮੋਟੇ ਹੈ ਨਾ ਜਿੰਨੇ ਵੀ ਸਰਕਾਰੀ ਸੰਸਥਾਵਾਂ ਹੁੰਦੀਆਂ ਸਾਰੀਆਂ ਸਹੂਲਤਾਂ ਹਸਪਤਾਲ ਹੋ ਗਏ ਵੈਟਨਰੀ ਹਸਪਤਾਲ ਬੰਦਿਆਂ ਵਾਲਾ ਹਸਪਤਾਲ ਹੋਰ ਛੋਟੇ ਮੋਟੇ ਲਘੂ ਉਦਯੋਗ ਸਿਲਾਈ ਕਢਾਈ ਸੈਂਟਰ ਲਟਰਮ ਪਟਰਮ ਸੋ ਇਹ ਸਾਰਾ ਕੁਝ ਇੱਥੇ ਹੀ ਮਿਲਣਾ ਪੰਜਾਬ 'ਚ ਸਿਰਫ ਪੰਜਾਬ ਦੇ ਵਿੱਚ ਬਾਦਲ 'ਚ ਹਾਂ ਬਾਕੀ ਹੋਰ ਵੀ ਕੋਈ ਹੋਊਗਾ ਕਿਤੇ ਨਾ ਕਿਤੇ ਹੋਊਗਾ ਸੁਖਵੀਰ ਕਹਿੰਦਾ ਹੁੰਦਾ ਪੰਜਾਬ ਨੂੰ ਦੁਬਈ ਬਣਾ ਦੇਣਾ ਆ ਖਜੂਰਾਂ ਦੀ ਫੀਲਿੰਗ ਲੈ ਕੇ ਕਹਿੰਦਾ ਹੁੰਦਾ ਹਾਂ ਇਹ ਖਜੂਰਾਂ ਦੁਬਈ ਸਾਰੇ ਰੋਡਾਂ ਤੇ ਐ ਲੱਗੀਆਂ ਮੰਗਣਾ ਤਾਂ ਕਰਕੇ ਬਾਦਲ ਕਹਿੰਦਾ ਹੁਣ ਵੀ ਬਣਾ ਦੇ ਐ ਦੁਬਈ ਚੱਕਦੇ ਐ ਫੱਟੇ ਬਾਕੀ ਯਾਰ ਹੋਰ ਤਾਂ ਗੱਲਾਂ ਪਰ ਬਠਿੰਡੇ ਜ਼ਿਲ੍ਹੇ ਵਾਸਤੇ ਤਾਂ ਬਹੁਤ ਕੰਮ ਕਰਿਆ ਵੀ ਬਾਦਲਾਂ ਨੇ ਹੋਰ ਜ਼ਿਲ੍ਹੇ ਵਾਸਤੇ ਨਹੀਂ ਆਪਾਂ ਕਹਿ ਸਕਦੇ ਆ ਪਿੰਡ 'ਚ ਆਈਡੀ ਉਹ ਆ ਕੀ ਕਹਿੰਦੇ ਹੁੰਦੇ ਆਪਣਾ ਉਹਨੂੰ ਆਈਡੀਆਈ ਆਈਡੀਆਈ ਦੇਖੋ ਆਪਣੀ ਨੂਰਾ ਵਰਗੀਆਂ ਦੀ ਭੂਆ ਹੈਗੀ ਲੰਬੀ ਇੱਥੇ ਨਾਲ ਹੀ ਆ ਹੁਣ ਉਹਨਾਂ ਨੂੰ ਬਾਦਲ ਦੀ ਕੋਠੀ ਵੀ ਆ ਗਈ ਅੱਛਾ ਵਾ ਗਾਂ ਜਾ ਕੇ ਆਓ ਥੋੜਾ ਜਿਹਾ ਗੱਲਬਾਤ ਵਾਕਈ ਬਈ ਬਸ ਇਹ ਤੋਂ ਬਾਅਦ ਜਿਵੇਂ ਜਿਵੇਂ ਕੋਠੀ ਦੇ ਨੇੜੇ ਜਾਂਦੇ ਜਾਵਾਂ ਕੰਧਾਂ ਉੱਚੀਆਂ ਹੀ ਹੁੰਦੀਆਂ ਜਾਣਗੀਆਂ ਨੀਵੀਆਂ ਨਹੀਂ ਰਹਿਣਗੀਆਂ ਵਾਟਰ ਵਾਕਸ ਵਾਲੀਆਂ ਟੈਂਕੀਆਂ 5-6 ਬਣਾਈ ਬੈਠੇ ਆ ਦੋ ਤਿੰਨ ਤਾਂ ਇਹਦੇ ਕੋਲ ਆਪ ਦੀਆਂ ਹੋਣਗੀਆਂ ਕੋਠੀ ਚ ਹਨਾ ਆ ਕੀ ਆ ਵਾਟਰ ਬਾਕਸ ਹਾਂ ਵਾਟਰ ਬਾਕਸ ਆ ਗਿਆ ਆਹ ਆ ਗਿਆ ਕਹਿੰਦੇ ਬਾਦਲ ਦਾ ਘਰ ਇਹ ਤਾਂ ਰੌਣਕ ਮੇਲਾ ਹਜੇ ਵੀ ਪੂਰਾ ਹੀ ਹੈ ਆਹ ਦੇਖੋ ਬਾਦਲ ਦੀ ਕੋਠੀ ਹੱਟੀ ਹਾਂ ਇਹ ਵੇਖ ਲਓ ਹੁਣੇ ਇੱਥੇ 50 ਗੱਡੀਆਂ ਖੜੀਆਂ ਤੇ ਜਦੋਂ ਮੰਤਰੀ ਸਾਹਿਬ ਆਪ ਫਿਰ ਹੁੰਦੇ ਸੀਗੇ ਉਹ ਤਾਂ ਫਿਰ ਗੱਲਾਂ ਬਾਤਾਂ ਹੀ ਬਾਕੀ ਠੀਕ ਆ ਯਾਰ ਬਠਿੰਡੇ ਆ ਤੇ ਬਹੁਤ ਕੁਛ ਕਰਿਆ ਗਾ ਪਰ ਜਿਹੜਾ ਗਲਤ ਕਰਿਆ ਉਹ ਗਲਤ ਹੈਗਾ ਮੈਨੂੰ ਲੱਗਦਾ ਬਾਬੇ ਇੱਥੋਂ ਤੱਕ ਇਹਨਾਂ ਦੇ ਹੋਣਾ ਬਾਦਲਾਂ ਦੇ ਪ੍ਰੋਗਰਾਮ ਅੱਗੇ ਤੱਕਰ ਸਾਰੇ ਗਾਂ ਅੱਗੇ ਪੈਲੀਆਂ ਵੀ ਇਹਨਾਂ ਦੀ ਆ ਕਾਰਪੋਰੇਸ਼ਨ ਪਤਾ ਨਹੀਂ ਕਾਹਦਾ ਉਹ ਹੈ ਸੰਤਰੇ ਵਾਲਾ ਜਿੱਥੇ ਸੰਤਰੇ ਨੂੰ ਮੂਮ ਚੜਦੀ ਆ ਮੇਰੇ ਹਿਸਾਬ ਨਾਲ ਉਹ ਜਗਾਰਮੈਂਟ ਹੈ ਇਹ ਹਾਂ ਉਹ
ਜਿਹੜੇ ਆਪਾਂ ਕਹਿੰਦੇ ਨੇ ਸੰਤਰੇ ਲੈ ਜਾਂਦੇ ਬਾਹਲੀ ਚਮਕਦੇ ਹੁੰਦੇ ਆ। ਸੇਵਲਾ ਹੋਸਪਿਟਲ ਆ ਗਿਆ, ਸੇਵਲਾ ਹੋਸਪਿਟਲ ਹੀ ਬੜਾ ਤਕੜਾ ਬਾਬੇ, ਬਠਿੰਡੇ ਵਾਲੇ ਹੋਸਪਿਟਲ ਜਿੱਡਾ ਦਾ ਸੀ। ਬੋਬੀ ਨੂੰ ਥੋੜੀ ਵੱਧ ਨੌਲੇਜ ਆ, ਇੱਥੇ ਪ੍ਰੋਗਰਾਮ ਕਰਦੇ ਆ ਆਪਦੇ ਕੁਛ ਨਾ ਕੁਛ, ਹਨਾ। ਆਹ ਤਾਂ ਬਾਬੇ ਮੈਨੂੰ ਉਹ ਲੱਗਦਾ ਸੇਵਾ ਜਿਹਾ ਬਣਾਇਆ ਯਾਰ, ਹਨਾ। ਲਓ ਵੀ ਰੇਹ ਵੀ ਕਹਿੰਦੇ ਮਿੱਤਰ ਮਸ਼ੀਨਾਂ ਨਾਲ ਹੀ ਖਿਲਾਰਦੇ ਆ, ਇਹ ਤਾਂ ਉਹ ਪੱਟੀ ਜਾਂਦੇ ਆ ਟੋਏ, ਉਹ ਲਾਈ ਜਾਂਦੇ ਹੁਣ ਬਾਗ ਲੱਗਦਾ ਬਾਈ, ਆਹੋ ਇੱਕ ਟੋਏ ਪੱਟੇ ਵੇ ਥਾਂ ਥਾਂ ਤੇ ਜਿੰਦਗੀ ਦੂਜੀ ਵਾਰੀ ਲੰਘਿਆ ਰੋਡ ਤੇ, ਇੱਕ ਦਿਨ ਉਦਣ ਜਿਸ ਦਿਨ ਆਪਾਂ ਜੀਪ ਲੈ ਕੇ ਆਏ ਸੀਗੇ, ਦੂਜੀ ਵਾਰੀ ਅੱਜ ਚੱਲੇ ਆ, ਪਤਾ ਨੀ ਸੀਗਾ। ਹਾਂ ਮਨਪ੍ਰੀਤ ਕਰ ਪਤਾ ਨੀ ਸੀਗਾ ਵੀ ਜ਼ਿੰਦਗੀ ਦੇ 30 ਸਾਲ ਬਰਬਾਦ ਕਰਨ ਤੋਂ ਬਾਅਦ ਇੱਕ ਵੀ ਮਤਲਬ ਇੱਕ ਸਾਲ ਦੇ ਵਿੱਚ ਹੀ 2 ਵਾਰੀ ਗੇੜੇ ਲੱਗ ਜਾਣਗੇ ਇਸ ਰੋਡ ਤੇ। ਹੁਣ ਤੇ ਇਸ ਰੋਡ ਤੇ ਗੇੜੇ ਲੱਗਿਆ ਕਰਨਗੇ ਕਿਉਂਕਿ ਉਹ ਵਾਲਾ ਤਾਂ ਰੋਡ ਬਣੀ ਜਾਂਦਾ ਨਵਾਂ, ਉਹਦੇ ਲੱਗ ਜਾਣਾ ਟੋਲ। ਹੁਣ ਡੱਬ ਡੁੱਬ ਵਾਲੀ ਇੱਧਰ ਆਉਣਾ ਕਰਨਾ ਆਹੀ ਰੋਡ ਆਇਆ ਕਰਾਂਗੇ ਸਿੱਧਾ ਡੱਬ ਵਾਲੀ। ਬੋਬੀ ਪਰ ਕੰਮ ਕਰਦੇ ਰਹਿਣ, ਮਨਪ੍ਰੀਤ ਬਾਦਲ ਆ ਕਹਿਣਾ ਬੋਬੀ ਨੂੰ ਸਾਰੀ ਨੌਲੇਜ ਇਹਨਾਂ ਚੀਜ਼ਾਂ ਬਾਰੇ ਵੀ ਇਹ ਕਿਹੜੇ ਦੇ ਬਾਗ ਆ ਕਿਹੜੇ ਦੇ ਨਹੀਂ ਆ, ਐਵੇਂ ਨਾ ਸਮਝ ਲਓ ਤੁਸੀਂ ਬੋਬੀ ਨੂੰ ਟਕਾਰ ਦੇ ਟਾਇਰ ਥੱਲੇ ਪੈਰ ਦੇ ਲਿਆ ਉਹਨੇ, ਏਰ ਕੇ ਚੀਕਾਂ ਕਢਾ ਦਿੰਦਾ ਆਪਾਂ, ਉਹ ਤੋਂ ਬਾਅਦ ਮਗਰ ਕਰੋ ਮਗਰ ਕਰੋ ਹੱਥ ਜਾ ਮਾਰਨ ਲੱਗ ਗਏ, ਫਿਰ ਮੈਂ ਮਗਰ ਕਰਿਆ ਵੀ ਤੂੰ ਦੇਖ ਤਾਂ ਲੈ ਗੱਡੀ ਤੁਰੀ ਜਾਂਦੀ ਆ ਥੱਲੇ ਪੈਰ ਦੇ ਲਿਆ, ਜੇ ਤਾਂ ਆਪਾਂ ਕਿਤੇ ਮੋੜ ਕੇ ਉੱਤੇ ਚੜਾਈ ਹੋਵੇ ਨਾ ਫਿਰ ਤਾਂ ਹੈ। ਲੋ ਵੀ ਇੱਥੇ ਮੀਨਾ ਬਾਜ਼ਾਰ ਆ ਕੋਈ, ਸੋ ਮੀਨਾ ਬਾਜ਼ਾਰ ਦੇ ਨੇੜੇ ਆ ਦੁਕਾਨ, ਕਾਹਦੇ ਵਾਲਾ ਭਾਬੀ ਉਹ ਮੰਮੀ ਇੱਥੇ ਆ ਕੇ ਸਾਨੂੰ ਫੀਲਿੰਗ ਆਉਣ ਲੱਗ ਗਈ ਜਿਵੇਂ ਕਿਤੇ ਰਾਜਸਥਾਨ ਚ ਫਿਰਦੀਆਂ ਹੋਣਗੀਆਂ, ਕਹਿੰਦਾ ਬੁੜੀਆਂ ਦੇ ਪਹਿਰਾਵਾ ਦੇਖ ਕੇ ਲੱਗਣ ਲੱਗ ਗਿਆ, ਬੁੜੀਆਂ ਦੇ ਪਹਿਰਾਵੇ ਇੱਥੇ ਕਿਹੜੇ ਚੇਂਜ ਆ, ਇੱਥੇ ਤਾਂ ਆਪਣੇ ਨਾਲ ਦੀ ਆ ਗਈ, ਇਹਦਾ ਹੋਟਲ ਇਹ ਤਾਂ ਮੋਬਾਈਲਾਂ ਵਾਲੀ ਦੁਕਾਨ ਆ ਮੰਮੀ, ਇਹ ਤਾਂ ਮੈਂ ਉਤਰ ਕੇ ਪੁੱਛਦਾ ਯਾਰ ਤੂੰ ਗਏ ਤੂੰ, ਐਂ ਨੀ ਪਤਾ ਲੱਗਦਾ ਹੁੰਦਾ, ਸਿਆਣੇ ਬੰਦਿਆਂ ਨੂੰ ਕਰਨੇ ਸ਼ੋਪਿੰਗ ਬਹਿ ਗਈਆਂ, ਉਹ ਬੈਠੀ ਕਹਿੰਦੀ ਵਿੱਚ 3 ਹੀ ਲੈ ਲਾ ਟੱਬ ਜੀ, ਬੁੜੀਆਂ ਦਾ ਆਹੀ ਕੁੱਤਾ ਕੰਮ ਹੀ ਹੁੰਦਾ, ਐਵੀਂ ਖਲਿਆਰ ਲਈ ਮੈਂ ਤਾਂ ਗੱਡੀ ਪੁੱਠੇ ਥਾਂ ਤੇ ਰੋਕ ਲਈ, ਮੇਰਾ 200-300 ਲਵਾ ਦੇਣਗੇ ਐਵੀਂ। ਮੈਂ ਤਾਂ ਕਹਿੰਦਾ ਇੱਕ ਬਹੁਤ ਆਂਟੀ ਐਡੇ ਕੀ ਆਪਾਂ ਕੁੱਕੜ ਰੱਖਣੇ ਇਹਨਾਂ ਚ, ਉੱਥੇ ਲੈ ਲਿਓ ਇਹ ਫਿਰ ਹਰਿਆਣੇ ਜਾਣਾ ਹੁਣ ਤੂੰ, ਮੈਂ ਤਾਂ ਕਹਿੰਦਾ ਉੱਥੋਂ ਹੀ ਲੈ ਲਈ ਆਂਟੀ, ਇੱਥੋਂ ਛੱਡੋ ਭਰਾ, ਇੱਥੇ ਮੰਨਦੀਆਂ ਬਥੇਰਾ ਟਾਲਿਆ ਟੂਲਿਆ ਵੀ ਰਹਿਣ ਦੋ, ਬੰਦਾ ਤਾਂ ਬਈ ਬਾਬਾ ਮਸ਼ਹੂਰ ਜਿਹਾ ਹੀ ਲੱਗ ਰਿਹਾ ਹੈਗਾ ਜੀ, ਪੁੱਛਿਆ ਇੱਕ ਤੋਂ ਅਸੀਂ ਕਿਹਾ ਬਈ ਯਾਰ ਮੀਨਾ ਬਾਜ਼ਾਰ ਚ ਮੋਹਨ ਗਿਫਟ ਹਾਊਸ ਵਾਲਾ ਕਿੱਥੇ ਜਿਆ, ਕਹਿੰਦਾ ਸਰਵਾਈਕਲ ਦੇ ਧਾਗੇ ਲੈਣੇ ਆ ਜੀ, ਹਾਂਜੀ ਅਸੀਂ ਕਿਹਾ ਜਲਦੀ ਜਲਦੀ ਧਾਗੇ ਦਵਾ ਕੇ ਨਹੀਂ ਤਾਂ ਸਾਨੂੰ ਖਾਲੀ ਕਰ ਦੇਣਗੇ ਬੁੜੀਆਂ, ਜਿਹੜੇ ਹਿਸਾਬ ਨਾਲ ਸ਼ੋਪਿੰਗ ਤੇ ਲੱਗੀਆਂ ਵਾਂਗਾ ਵਿੰਡੋ ਸ਼ੋਪਿੰਗ ਕਰ ਦੇਣਗੀਆਂ, 3-4 ਟੱਬ ਜੇ ਲੈ ਲਏ ਹੋਰ ਲਟਰਮ ਪਟਰਮ ਜਿਹਾ ਲੈ ਲਿਆ, ਮੈਂ ਕਿਹਾ ਪਹਿਲਾਂ ਨਹੀਂ ਨਹੀਂ ਇੱਕ ਛੱਡ ਕੇ ਅਗਲੀ ਉਹ ਗਲੀ ਆ ਬਈ, ਇਹਨੂੰ ਪੁੱਛ ਲੈਣੇ ਬਾਬੇ ਨੂੰ, ਬਾਬਾ ਮੋਹਨ ਗਿਫਟ ਹਾਊਸ ਕਿੱਥੇ ਆ, ਮੋਹਨ ਗਿਫਟ ਹਾਊਸ ਇਹਦਾ ਬਾਪੇ ਨੇ ਰਗਾ ਹੀ ਹੈਗਾ ਸਿਧਰ ਹੀ ਹੈਗਾ।
ਇਹ ਵੀ ਆਪਣੇ ਵਰਗੇ ਹੀ ਉਲਝਿਆ ਫਿਰਦਾ ਕੰਮ ਜ਼ਿੰਦਗੀ ਚ। ਬਾਕੀ ਬਈ ਗੱਲ ਬਾਤ ਆਏ ਆ ਯਾਰ, ਕੱਲੇ ਧਾਗਿਆਂ ਨਾਲ ਵੀ ਨੀ ਕੰਮ। ਮੈਨੂੰ ਤਾਂ ਗਰਮੀ ਆਈ ਜਾਂਦੀ ਆ, ਟੋਪੀ ਲਾਉਣੀ ਪਊ ਮੈਨੂੰ। ਮਾਲ ਆ ਯਾਰ ਬੁੜੀਆਂ ਵਾਲੀ ਵੀ, ਗਰਮੀ ਨੂੰ ਐ ਚੜਾ ਛੱਡੀ, ਕਦੇ ਟੱਬ ਚੱਕ ਲਿਆ, ਕਦੇ ਕੋ ਚੱਕ ਲਿਆ, ਲੈ ਲਈਏ ਬਦਾਮ ਕੁੱਟ ਕੇ ਖਾਇਆ ਕਰਾਂਗਾ। ਹੁਣ ਤੁਸੀਂ ਕਿਹੜਾ ਭਲਵਾਨ ਬਣਨਾ ਗਾ, ਰੈਸਲਿੰਗ ਕਰਨ ਲੱਗਣਾ ਬਦਾਮ ਖਾਣ ਨੂੰ। ਕਮਾਲ ਆ ਯਾਰ ਮੰਮੀ ਵਰਗੀਆਂ ਦੀ ਵੀ, ਹੁਣ ਪਤਾ ਨੀ ਕੀ ਲੈਣਗਾ ਕਿ ਨਹੀਂ ਕੁਛ। ਇੱਥੋਂ ਵਿਚਾਲੇ ਅਡਵਾ ਤੀ ਗੱਡੀ, ਨਾ ਇੱਥੇ ਨਾਂਗਾ ਨਾ ਟਾਪਾ। ਜਿੱਡੀ ਕੁ ਦੁਕਾਨ ਆ, 4-5 ਹਜ਼ਾਰ ਤੋਂ ਘੱਟ ਤਾਂ ਨੀ ਖੜਾ ਛੁੱਟਦਾ ਸਾਡਾ, ਮੈਨੂੰ ਲੱਗ ਰਿਹਾ ਜਿੱਥੋਂ ਤੱਕ। ਏਦੂ ਵੱਡਾ ਸਾਈਜ਼ ਹੁੰਦਾ ਬਈ, ਲੈਣਾ ਨੀ ਕਰਨਾ ਨੀ ਬਈ ਇਹਨਾਂ ਨੇ ਕੋ ਐਵੇਂ ਰੇਟ ਪੁੱਛਦੀਆਂ ਫਿਰਦਾਂਗਾ ਵੀ ਮੰਮੀ ਵਰਗੀਆਂ ਵੀ। 1000 ਵਾਲੇ ਕੰਬਲ ਦਾ 500 ਰੁਪਇਆ ਰੇਟ ਲਾਈ ਜਾਂਦਾਗਾ। ਮੈਂ ਕਿਹਾ ਹੁਣ ਅਗਲੇ ਨੂੰ ਸਮਝ ਆ ਜਾਂਦੀ ਵੀ ਇਹਨਾਂ ਨੇ, ਉਹ ਬਾਹਰ ਆ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਕਿਹੜਾ ਲੈਣਾ, ਉਹ ਵੀ ਰੇਟ ਪੁੱਛਦੀਆਂ ਬੁੜੀਆਂ। ਨਾਲੇ ਮੈਨੂੰ ਕਹੀ ਕੀ ਕਰਾਉਣਾ ਤੁਹਾਨੂੰ, ਡੱਬ ਵਾਲੀ ਤੋਂ ਬਿਨਾਂ ਸਾਲੀਆਂ ਰਜਾਂਗਾ ਨੀ ਮਿਲਦੀਆਂ, ਉਹ ਤੋਂ ਪਿੰਡੋਂ ਲੈ ਲਿਓ ਕੋਈ ਲੈਣੀ ਹੋਈ ਜਿਹੜੀ ਮਾੜੀ ਮੋਟੀ, ਪਰ ਨਹੀਂ ਹਟਦੀਆਂ ਦੇਖ ਕੇ। ਮੰਨ ਲਓ ਜੋ ਉਤਰਗੀਆਂ ਤੁਰੀ ਜਾਂਦੀ ਗੱਡੀ 'ਚ ਵੀ, ਨਾ ਨਾ ਖਲਿਆਰ ਖਲਿਆਰ ਆਈ ਤਾਂ ਦੇਖਣ ਰਜਾਂਗਾ। ਹੁਣ ਲੈ ਕੇ ਚੱਲਦੇ ਗਏ ਸਾਂ ਬੋਵੀ ਕਾਲੇ। ਮੈਂ ਤੈਨੂੰ ਆਈਡੀਆ ਦੱਸਾਂ, ਆਪਾਂ ਲੱਲਾਂ ਨਾਲਾ ਗੱਲੀ ਨਾਲਾ, ਗੱਲਾਂ ਧਿਆਨ ਬਾਹਰ ਨਾ ਭਟਕ, ਗੱਲਾਂ ਨਹੀਂ ਉਹ ਨਹੀਂ, ਮੇਰਾ ਵੀਰ ਸ਼ਹਿਰ ਚੋਂ ਨਿਕਲ ਜਾ, ਉਹ ਜਿਵੇਂ ਘੋੜਾ ਨਹੀਂ ਲੱਗੇ ਹੁੰਦੇ ਐਂ ਕਰਕੇ ਪਾਸੇ ਨਹੀਂ ਦੇਖਣਾ, ਇਕੱਲਾ ਸਿੱਧੇ ਹੀ ਦੇਖਣਾ, ਬਾਰੀਆਂ 'ਚ ਲਾਉਣੇ ਵੀ ਆਪਦੀਆਂ ਜਾਕਟਾਂ ਜੀਆਂ ਲਾ ਕੇ ਸ਼ੀਸ਼ੇ ਚੜਾ ਦਾਂਗੇ ਤੇ ਸਿੱਧਾ ਖਿੱਚ ਦੇ ਐਂ ਗੱਡੀ, ਇੱਥੇ ਡੱਬ ਵਾਲੀ ਆਥਣ ਕਰਾ ਦੇਣਗੇ ਤੇ ਜਿਹੜਾ ਹਿਸਾਬ ਕਿਤਾਬ ਇਹਨਾਂ ਦਾ। ਹੁਣ ਆਉਂਦੀਆਂ ਉਹ ਆਉਂਦੀਆਂ ਗੱਲਾਂ ਜੀਆਂ ਕਰਦੀਆਂ, ਹੁਣ ਐਂ ਕਹਿੰਦੀਆਂ ਆਉਂਦੀਆਂ ਹੋਣਗੀਆਂ, ਭਾਜੀ ਤਾਂ ਬੜਾ ਮਹਿੰਗਾ ਸੀ ਇੰਨੇ ਦਾ, ਚੀਜ਼ ਹੀ ਹੈ ਨੀ ਗੀ, ਪਰ ਦੁਕਾਨਾਂ ਵਾਲਿਆਂ ਨੂੰ ਨਾ ਕਰਦੀਆਂ ਬੁੜੀਆਂ ਹੀ ਲੋਟ ਆ, ਬੰਦਿਆਂ ਤੋਂ ਇਹ ਵੀ ਨੀ ਲੋਟ ਆਉਂਦੇ ਹੈਗੇ। ਬਹਿ ਜਾਣਾ ਆਪਦੇ ਆਪਦੀਆਂ ਪੇਟੀਆਂ ਬੰਨ ਕੇ ਸਾਰੇ ਨੇ, ਤੋਂ ਬਾਅਦ ਗੱਡੀ ਜਹਾਜ਼ ਨੂੰ ਪਿੰਡ ਜਾ ਕੇ ਰੁਕਣੀਆਂ, ਉਹ ਤੋਂ ਪਹਿਲਾਂ ਜੇ ਕਿਤੇ ਲੰਗਰ ਆ ਗਿਆ ਰਾਜ ਫੇਰ ਤਾਂ ਰੁਕ ਸਕਦੀ ਹੈ, ਨਹੀਂ ਨੀ ਕਿਤੇ ਵੀ ਰੁਕਣੀ, ਨਹੀਂ ਕੋਈ ਸੰਭਾਵਨਾ, ਹਾਂ ਇਹ ਤੋਂ ਬਾਅਦ ਨੀ ਰੁਕਣੀ ਕਿਤੇ ਵੀ ਗੱਡੀ ਆਪਣੀ। ਮੈਂ ਕਿਹਾ ਕਰ ਦਿੰਦੇ ਬੁੜੀਆਂ ਹੀ ਠੀਕ ਆ ਇਹਨਾਂ ਨੂੰ ਵੀ ਦੁਕਾਨਾਂ ਵਾਲਿਆਂ ਨੂੰ, 500 ਵਾਲੀ 1000 ਵਾਲੀ ਚੀਜ਼ ਦਾ ਜੋ 500 ਕਹਿ ਦਿੰਦੇ ਨਾ, ਅਗਲਾ ਆਪ ਹੀ ਦੁਕਾਨ 'ਚ ਬਾਹਰ ਨਿਕਲ ਕੇ ਖੜ ਜਾਂਦਾ, ਸੱਚੀ ਬਾਹਰ ਨਿਕਲ ਗਿਆ ਬਾਈ। ਹਾਂ ਮੰਮੀ ਕਹਿੰਦੀ ਨਾ ਕਿ ਮੇਰੇ ਹੱਥ ਹੁਣ ਖਰਾਬ ਜੇ ਹੋ ਗਏ, ਪਹਿਲਾਂ ਤਾਂ ਮੇਰੇ ਹੱਥ ਚਿੱਟੇ ਚਿੱਟੇ ਹੋ ਗਏ, ਚਿੱਟੇ ਚਿੱਟੇ ਦਾ ਤੇਰੇ ਹੱਥ ਹੋਣੇ ਹੀ ਸੀਗੇ, 5 ਮਹੀਨੇ ਦਾ ਬੈੱਡ ਰੈਸਟ ਤੇ ਰਹੀ ਆ, ਹੁਣ ਮੈਂ ਤਾਂ ਰੈਸਟ ਲੈ ਲਈ, ਮੈਂ ਤਾਂ ਨੀ ਆਇਆ ਨੀ ਮੇਰਾ ਕੁਛ ਦੁਖੇ ਸੁਖੇ ਨਾ, ਹੁਣ ਜਦੋਂ ਕੋਈ ਜਵਾਕ ਹੋਇਆ ਤੇਰੇ ਤੇ ਤੇਰੀ ਮੰਮੀ ਨੂੰ ਛੋਟੀ ਨੂੰ ਬੁੱਕਲ ਚ ਬਣਾਇਆ, ਠੀਕ ਆ ਇਹਨੂੰ ਤੈਨੂੰ ਵਿਹਲੇ ਹੀ ਰੱਖਣਾ ਆਂਟੀ, ਤੂੰ ਡੱਕਾ ਹੀ ਨੀ ਤੋੜਨਾ ਹੋਰ ਕੁਛ ਵੀ, ਤੂੰ ਬਸ ਇਹੀ ਕੰਮ ਕਰਨਾ ਇਕੱਲਾ। ਸਾਰੇ ਪੈਸੇ ਬਾਲਟੀਆਂ ਤੇ ਲਾ ਕੇ ਮਗਾਲੇ ਮੁੜ ਕੇ ਰਜਾਂਗਾ ਵੇਖਦੇ ਜੈਪੁਰੀ, ਜਦੋਂ ਇਹਨਾਂ ਨਾਲ ਗੱਲ ਨੀ ਬਣੀ ਜੈਪੁਰੀ ਵਾਲਿਆਂ ਦੀ, ਉਹਨੇ ਕਹਿੰਦੇ ਆ ਕਿੰਨੇ ਦਾ ਕੰਬਲ, ਉਹ ਕਹਿੰਦਾ 1000 ਦਾ, ਕਹਿੰਦੀਆਂ ਤਾਂ 400-500 ਉਹਦੇ ਮਿਲਦਾ ਬਠਿੰਡੇ, ਉਹ ਦੁਕਾਨ ਚ ਵਾਪ ਹੀ ਬਾਹਰ ਨਿਕਲਿਆ ਭਾਈ, ਇਹ ਖੜੀਆਂ ਰਹੀਆਂ ਉੱਥੇ। ਮੇਰੀ ਗੱਲ ਸੁਣ, ਇੰਨੀ ਬੇਇੱਜ਼ਤੀ ਸਾਡੀ ਖੁਸ਼ੀ ਨੂੰ ਕਰ, ਤੇਰੇ ਵਾਲੀ ਰਜਾਈ ਅਸੀਂ ਖਰੀਦ ਕੇ ਲਿਆਂਆਂ ਸੀ, ਇਹ ਤਾਂ ਤੁਸੀਂ ਲਿਆਂਗਾ, ਉੱਥੋਂ ਦੀ ਗੱਲ ਕਰਦਾ ਮੈਂ, ਭਾਈ ਆ ਮੈਨੂੰ ਕਹਿੰਦਾ ਬਈ ਯਾਰ ਇਹਨੇ ਲੈਣਾ ਕਿ ਨਹੀਂ, ਮੈਂ ਨਹੀਂ ਲੈਣਾ, ਮੈਂ ਕਿਹਾ ਭਾਈ ਇਹਨੇ ਐਂ ਕਰੋ, ਫੇਰ ਆਉਣਗੇ ਬਾਹਰ, ਮੇਰੀ ਗੱਲ ਸੁਣ ਤੂੰ, ਸਾਨੂੰ ਕਾਹਦਾ ਫਿਕਰ ਸੀ ਜਦੋਂ ਸਾਡੇ ਗੂਗਲ ਪੇ ਨਾਲ ਸੀ, ਆਹੋ ਮੈਂ ਸਾਡੇ ਘਰ ਦੇ ਕੋਲ ਕਰਨੀ ਲੈਣੀ ਸੀ ਆਪਾਂ, ਜੋ ਇੱਕ ਬੁੜੀ ਕੋਲੇ ਮੁੰਡਾ ਹੋਇਆ 1.25 ਮਹੀਨੇ ਦਾ, ਤੇ ਉਹਨਾਂ ਦੇ ਚੋਰ ਆ ਗਏ ਸੀ,
ਜੋ ਕੋਠੇ ਤੇ ਆ ਗਈ ਤੇ ਬੁੜੀ ਨੂੰ ਪਤਾ ਲੱਗ ਗਿਆ ਵੀ ਅਲਾਮੀ ਦੀ ਸਾਡੇ ਚੋਰ ਆ ਗਈ ਕਹਿੰਦੀ ਉੱਠੀ ਪੁੱਤ ਸ਼ੇਰ ਤੇ ਚੋਰ ਭੱਜ ਗਏ ਸੀ ਤੇ ਬੁੜੀ ਨੇ ਕਿਹਾ ਕੱਢ 5000 ਤੇ ਫਿਰ ਉਹਨੇ ਕਹਿੰਦਾ ਮੈਂ ਨੀ ਸ਼ੇਰ ਸੌਂ ਜੋ ਸਾਰੇ ਜਣੇ ਚੁੱਪ ਕਰਕੇ ਚੋਰਾਂ ਨੇ ਤਾਂ ਭੱਜ ਜਾਣਾ ਜੀ ਮੈਂ ਤਾਂ ਰਜਾਈਆਂ ਦੀ ਗੱਲ ਕਰਦਾ ਬੇਕਾਰ ਦਾ ਸਮਾਨ ਸੀ ਜਮਾ ਬੇਕਾਰ ਸੀ ਦੁਕਾਨ ਕਿਹੜੀ ਸੀ ਊਈ ਸੀ ਗੋਦਾਮ ਅੰਦਰ ਮੇਰੀ ਤਾਂ ਗੱਲ ਸੁਣ ਜਿਹੜਾ ਉਹਨੇ ਕਿਹਾ ਸੀਗਾ ਵੀ ਨਰਮ ਜਿਹਾ ਕੰਬਲ ਆ ਲੈ ਲੋ ਉਹਨੂੰ 12 ਸਾਲ ਹੋ ਗਏ ਚੱਲੇ ਨੂੰ ਤੈਨੂੰ ਵੱਧ ਪਤਾ ਮੰਮੀ ਤੁਹਾਡਾ ਹੀ ਰਗਾ ਸਾਨੂੰ ਤੈਨੂੰ ਪਤਾ ਮਹਿੰਗੀ ਰਜਾਈ ਵੀ ਚੱਕ ਕੇ ਲਿਆਏ ਪਰ ਉਹਦੇ ਨਾਲ ਦੀ ਬੋਰ ਹੈ ਨੀ ਸੀ ਕਰੜੀਆਂ ਕਰੜੀਆਂ ਹੀ ਹੋਈਆਂ ਉਹ ਕੰਬਲ ਵੇਖੀ ਤੂੰ ਇੱਕ ਤਾਂ 1200 ਦਾ ਆਇਆ ਸੀ ਤੇ ਇੱਕ ਖਨੀ 800 ਦਾ ਆਇਆ ਸੀ ਉਹਨਾਂ ਦੀ ਬੋਰ ਵੇਖੀ ਕਿੰਨੀ ਸੋਹਣੀ ਹਾਂ ਇੱਕ 1400 ਦਾ ਤੂੰ ਕਿਵੇਂ ਹੈਡਫੋਨ ਲਾ ਲੇ ਇਹਨੂੰ ਤਾਂ ਅੱਛੀਆਂ ਨੀ ਲੱਗੀਆਂ ਹੈ ਤੂੰ ਵੀ ਸੁਣਾ ਦੇ ਕੋਈ ਸਮਾਚਾਰ ਇਹ ਤਾਂ ਗੱਲਾਂ ਬਾਤਾਂ ਥੱਲੇ ਵੇਖੀ ਜਾਂਦੀ ਆ ਛਿਲਕੇ ਛਿਲਕੇ ਥੋੜੀ ਖਾਣੇ ਆ ਹੋਰ ਖਾਣੇ ਤਾਂ ਉੱਥੋਂ ਲਿਆਓ ਇਧਰ ਝਾਕ ਮਾਰੇ ਬੂਹ ਖਾ ਵੀ ਨਿਕਲ ਜਾਂਦਾ ਨਹੀਂ ਐਵੇਂ ਸਰ ਘੁੰਮਣ ਲੱਗ ਗਿਆ ਗੱਲਾਂ ਸੁਣਨਾ ਸੁਣਨਾ ਰੋਲਾ ਫੋਨ ਲੱਗ ਗਿਆ ਰੋਲਾ ਲਾਉਣਿਆ ਨਾ ਤੇ ਬਾਕੀ ਲੋ ਵੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਹੁਣ ਚੱਲਦੇ ਆ ਬਾਹਰ ਨੂੰ ਘੁੰਮਦੇ ਘੁੰਮਦੇ ਆ ਬਵੀਆ ਰਕਲ ਚੱਲਦੇ ਆ ਗੱਲਾਂ ਮਾਰਦੇ ਆ ਤੇ ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖੀ ਆ ਲਾਈਕ ਕੀਤੇ ਹੋਣਾ ਬਿਲਕੁਲ ਨਹੀਂ ਜਾਣਾ ਜਿਹੜੇ ਜਿਹੜੇ ਚੈਨਲ ਤੇ ਨਵੇਂ ਜੁੜੇ ਕਰ ਲਿਓ ਸਬਸਕ੍ਰਾਈਬ ਜੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਬ ਕੇ ਮਿਲਦੇ ਆ ਫਿਰ ਕੱਲ ਨੂੰ ਇੱਕ ਹੋਰ ਨਵੇਂ ਜਿਹੇ ਵਲੌਗ ਨਾਲ ਟਿਲ ਦਿਨ ਬਾਬਾ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਦੇਖ ਕੇ ਨਾ ਇਹ ਮਹਿੰਗੀ ਆ ਕਿ ਸਸਤੀ ਆ ਵੀ ਕਿੱਥੋਂ ਕਤਾਈ ਅਗਲਾ ਦਿੰਦਾ ਚੀਜ਼ ਪਤਾ ਲੱਗ ਜਾਂਦਾ ਆ ਗਾਂ ਹੁਣ ਆਪਾਂ ਸ਼ਾਪਿੰਗ ਕਰਨੀ ਆ 2-3 ਸਾਲ ਲਗਾਤਾਰ ਆਪਾਂ ਤਾਂ ਨੌਲੇਜ ਚਾਹੀਦੀ ਹੈ ਵੱਧ ਤੋਂ ਵੱਧ ਹੁਣ ਆਪਾਂ ਅੱਜ ਡੱਬਲ ਹੀ ਗਏ ਜੀ ਉੱਥੇ ਦੇਖ ਆਉਂਦੇ ਜੇ ਕਿਤੇ ਕੋਟ ਕੂਟ ਗਏ ਉਧਰੋਂ ਦੇਖ ਆਵਾਂਗੇ ਬਠਿੰਡੇ ਦੇਖ ਆਵਾਂਗੇ ਬਰਨਾਲੇ ਦੇਖ ਆਵਾਂਗੇ ਤੇ ਜੇ ਵਧੀਆ ਚੀਜ਼ ਆਪਾਂ ਨੂੰ 500 ਹੋਰ ਲਾ ਕੇ ਉੱਤੇ ਮਿਲਦੀ ਉਹ ਹੰਡੂ ਵੀ ਦੁੱਗਣਾ ਚਿਹਰ ਹਾਂ ਇਹ ਤਾਂ ਹੈ ਆਈ ਐਮ ਐਗਰੀ ਵਿਦ ਯੂ ਹਾਂ ਤੁਹਾਡਾ ਕੰਬਲ ਆ ਖੁਸ਼ ਹੋ ਗਈ ਅੰਗਰੇਜ਼ੀ ਸੁਣ ਕੇ ਮੇਰੀ ਜਿਹੜਾ ਤੁਹਾਡਾ ਕੰਬਲ ਆ ਗ੍ਰੇ ਰੰਗ ਦਾ ਉਹਨੇ ਆਪਾਂ ਨੂੰ ਇੱਕ ਹੋਰ ਵੀ ਦਿਖਾਇਆ ਸੀ ਉਹ ਹੋਇਆ ਸੀ ਮੈਂ ਉਹਦਾ ਖਿਹੜਾ ਨਹੀਂ ਛੱਡਿਆ ਮੈਂ ਕਿਹਾ ਲੈਣਾ ਤਾਂ ਆਹੀ ਲੈਣਾ ਲੈਣਾ ਵੀ ਇੰਨੇ ਚੀਜ਼ ਆ ਮੇਰੇ ਵੀ ਭੌਰੀ ਸੀਗੀ ਤੁਹਾਨੂੰ ਦਿਖਾਵਾਂ ਆ ਗਿਆ ਆ ਥਾਂ ਤੇ ਪਹਿਲਾਂ ਕਹਿੰਦਾ ਹੁੰਦਾ ਸੀ ਨਾ ਆ ਥਾਂ ਤੇ ਮੇਰੇ ਭੌਰੀ ਸੀਗੀ ਸਿੰਗਲ ਹੀ ਰਹਿ ਗਿਆ ਚੱਲ ਲੈ ਰੋ ਕੋਈ ਨਹੀਂ ਆ ਮੇਰੇ ਨਾ ਬਈ ਆ ਥਾਂ ਨਹੀਂ ਆ ਜਿਹੜਾ ਆ ਆ ਇੱਥੇ ਭੌਰੀ ਸੀ ਨਾ ਮੈਂ ਸੂਈ ਜੀ ਨਾਲ ਖੁਰ ਲੱਗੇ ਜੇ ਤੇ ਪੱਟ ਦਿੰਦਾ ਸੀਗਾ ਆ ਤੇ ਦਾਣਾ ਜਿਹਾ ਇੱਥੇ ਆ ਸੀ ਆ ਸੀਗਾ ਨਾ ਆ ਵੇਖ ਆ ਜੀ ਮੇਰੇ ਵੀ ਇੱਥੇ ਆ ਚਲੋ ਯਾਰ ਨਹੀਂ ਤਾਂ ਕੁੜੀ ਗੁੱਸੇ ਹੋ ਜੂਗੀ ਪੈਸਿਆਂ ਦਾ ਨਹੀਂ ਕੋਈ ਹੁੰਦਾ ਗਿਆ ਵੀ ਪੈਸੇ ਚੀਜ਼ ਵਧੀਆ ਮਿਲਣੀ ਚਾਹੀਦੀ ਆ ਪੈਸਿਆਂ ਦਾ ਕੀ ਆ ਮਿੱਟੀ ਦਾ ਸਾਰੀਆਂ ਚੀਜ਼ਾਂ ਨੇ ਮਿੱਟੀ ਨਾਲ ਭਰੀਆਂ ਪਈਆਂ ਉਹਦੀਆਂ।